पासे अनाज दियां बोरियां ते दूजे पासे हत्थां दे विच बंदूक चुकी फिरदे पुलिस दे जवान। इह फरीदकोट दी अनाज मंडी है पर किसानां तों वध इत्थे पुलिस तैनात है। तुहानूं इस तैनाती दी वजह भी दसदे हां। दरअसल कणक दियां बोरियां दी लोडिंग अते अनलोडिंग नूं लै के प्रशासनिक अधिकारियां लेबर ठेकेदारां अते ट्रांसपोर्ट ठेकेदारां दी मीटिंग सी। माहौल गर्मा गया तां अधिकारियां दी मंजूरी दे विच ही होई बहसबाजी झड़प दे विच तब्दील हो गई। पुलिस मुलाजमां ने विचकार आके बचा करन दी कोशिश कीती पर ए झड़प चलदी रही। इसे झड़प दे विच फरीदकोट दे ट्रक यूनियन दा प्रधान जख्मी हो गया। अज मीटिंग रखी गई सी मार्केट कमेटी विच, लिफ्टिंग दी प्रॉब्लम आ रही है, अनलोडिंग दी, ते साडे कोल ट्रांसपोर्ट दा काम आ इस टाइम, ते बाहरलियां सारियां मंडियां चों असीं माल लिया रहे हां फरीदकोट, ते जिहड़े ठेकेदार कोल अनलोडिंग दा काम आ उह साडे तों नजायज तौर ते वसूली कर रहा, जिहनूं उह डाले दा नाम दे रहा ਵੀ ਤੁਸੀਂ ਜੇ ਗੱਡੀ ਖਾਲੀ ਕਰਾਉਣੀ ਆ ਤਾਂ ਪਹਿਲਾਂ ਮੈਨੂੰ ਪੈਸੇ ਦਿਓ। ਮਾਮਲੇ 'ਚ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਲੇਬਰ ਠੇਕੇਦਾਰ ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਨੇ। ਉੱਥੇ ਠੇਕੇਦਾਰ ਇਸ ਨੂੰ ਲੋਕਾਂ ਦੀ ਸਾਜ਼ਿਸ਼ ਦੱਸ ਰਿਹਾ ਹੈ ਜਿਹੜੇ ਉਸ ਦਾ ਨੁਕਸਾਨ ਕਰਾਉਣਾ ਚਾਹੁੰਦੇ ਨੇ। ਗੱਲਬਾਤ ਹੋਈ ਹੈ ਜੀ, ਉਹਨਾਂ ਨੇ ਆਪਦੇ ਪਰਸਨਲ ਬੰਦਿਆਂ ਨੂੰ ਸਾਰਿਆਂ ਨੂੰ ਕਦੇ ਡਾਲਾ ਵੀ ਨਹੀਂ ਦੇਣਾ, ਜਿਹੜਾ 1970 ਤੋਂ ਡਾਲਾ ਚੱਲਦਾ ਹੁੰਦਾ ਜੀ। ਇਕੱਲੇ ਫਰੀਦਕੋਟ ਸ਼ਹਿਰ ਦੇ ਵਿੱਚ ਇਹਨਾਂ ਨੇ ਪਹਿਲੀ ਵਾਰ ਰੀਤ ਪਾਈ ਹੈ ਕਿ ਅਸੀਂ ਡਾਲਾ ਨਹੀਂ ਦੇਣਾ, ਵੀ ਇਸ ਦਾ ਪ੍ਰਭਾਵ ਜੋ ਵੀ ਇਫੈਕਟ ਹੈ ਸਾਰਾ ਗਿੰਨੀ ਦੇ ਟੈਂਡਰ ਦੇ ਉੱਤੇ ਪਵੇ, ਗਿੰਨੀ ਨੂੰ ਵੱਧ ਖਰਚਾ ਪਵੇ, ਇਹ ਇਹਨਾਂ ਦੀ ਸਾਰੀ ਪਾਲਿਸੀ ਹੈ ਜੀ। ਉੱਥੇ ਪੂਰੇ ਮਾਮਲੇ ਤੋਂ ਪੁਲਿਸ ਅਣਜਾਣ ਹੋਣ ਦੀ ਗੱਲ ਕਹਿ ਰਹੀ ਹੈ। ਇੱਦਾਂ ਦੀ ਤਾਂ ਕੋਈ ਗੱਲ ਨਹੀਂ ਹੋਈ, ਕੋਈ ਪੜ੍ਹਾਈ ਨਹੀਂ ਇਹਨਾਂ ਦੇ ਆਪਸੀ, ਕੋਈ ਟੈਂਡਰ ਨੂੰ ਲੋਕਲ ਢੋਆ ਢੁਆਈ ਨੂੰ ਲੈ ਕੇ ਇਸ਼ੂ ਸੀ, ਉਹ ਫਿਰ ਜਿਹੜੇ ਆਪਣੇ SDM ਮੈਡਮ ਅਤੇ DFSC ਮੈਡਮ ਨੇ ਬਹਿ ਕੇ ਇਹਨਾਂ ਦਾ ਸੋਲਵ ਕਰਤਾ। ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਦੇ ਵਿੱਚ ਇਸੇ ਤਰ੍ਹਾਂ ਦੀ ਘਟਨਾ ਦੇ ਨਾਲ ਸਵਾਲੀਆ ਨਿਸ਼ਾਨ ਖੜੇ ਹੋਏ ਨੇ। ਘਟਨਾ ਤੋਂ ਬਾਅਦ ਮੰਡੀ ਦੇ ਵਿੱਚ ਪੁਲਿਸ ਤੈਨਾਤ ਹੈ ਪਰ SP ਝੜਪ ਤੋਂ ਅਣਜਾਣ ਨੇ। ਖੈਰ ਇੰਝ ਲੱਗਦਾ ਹੈ ਜਦੋਂ ਝੜਪ ਦਾ ਵੀਡੀਓ ਵੇਖਣਗੇ ਉਦੋਂ ਹੀ ਕਾਰਵਾਈ ਕੀਤੀ ਜਾਂਦੀ ਹੈ। ਫਰੀਦਕੋਟ ਤੋਂ ਬਿਊਰੋ ਚੀਫ ਜਸਵੀਰ ਔਲਖ ਦੀ ਰਿਪੋਰਟ, NC7 ਨਿਊਜ਼।